ਕਰਫਿਊ ਦੌਰਾਨ ਦਿਹਾੜੀਦਾਰ ਮਜ਼ਦੂਰਾਂ ਦੇ ਰਾਸ਼ਨ ਦਾ ਵੀ ਪ੍ਰਬੰਧ ਕਰੇ ਸਰਕਾਰ। ਮਨਜੀਤ ਸਿੰਘ। ਆਲ ਇੰਡੀਆ ਤ੍ਰਿਣਮੂਲ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਟਾਕਰੇ ਲਈ ਮੁੱਖ ਮੰਤਰੀ ਵੱਲੋਂ ਕਰਫਿਊ ਲਗਾਉਣ ਦਾ ਐਲਾਨ ਕਰਕੇ ਵਧੀਆ ਕਦਮ ਚੁੱਕਿਆ ਗਿਆ ਹੈ, ਪਰੰਤੂ ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਸੂਬੇ ਵਿੱਚ ਰਹਿੰਦੇ ਗਰੀਬ ਮਜ਼ਦੂਰਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ, ਜਿਨ੍ਹਾਂ ਦਾ ਰੁਜ਼ਗਾਰ ਕਰਫਿਊ ਕਾਰਨ ਖਤਮ ਹੋ ਗਿਆ ਹੈ ਅਤੇ ਉਹਨਾਂ ਨੂੰ ਖਾਣੇ ਦੇ ਲਾਲੇ ਪੈ ਗਏ ਹਨ। ਸਕਾਈ ਹੱਕ ਟਾਈਮਜ਼ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਕੋਰੋਨਾ ਨਾਮ ਦੀ ਇਹ ਬਿਮਾਰੀ ਬਹੁਤ ਭਿਅੰਕਰ ਹੈ, ਜਿਸ ਕਾਰਨ ਵਿਸ਼ਵ ਭਰ ਵਿੱਚ ਵੱਡੀ ਗਿਣਤੀ ਵਿੱਚ ਵਿਅਕਤੀ ਮੌਤ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕਰਫਿਊ ਲਗਾ ਕੇ ਇਸ ਬਿਮਾਰੀ ਦੀ ਲੜੀ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰੰਤੂ ਇਸ ਦੌਰਾਨ ਰੋਜ਼ ਕਮਾ ਕੇ ਖਾਣ ਵਾਲੇ ਦਿਹਾੜੀਦਾਰ ਮਜ਼ਦੂਰਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਭੁੱਖੇ ਮਰਨ ਦੀ ਨੌਬਤ ਆ ਗਈ ਹੈ। ਉਹਨਾਂ ਕਿਹਾ, ਕੈਪਟਨ ਸਾਹਿਬ ਨੇ ਮੈਨੂੰ ਲੱਗਦਾ ਬਿਨਾਂ ਤਿਆਰੀ ਤੋਂ ਇਹ ਐਡਾ ਵੱਡਾ ਫੈਸਲਾ ਲੈ ਲਿਆ। ਤਿਆਰੀ ਕੀ ਹੋਣੀ ਚਾਹੀਦੀ ਸੀ ਕਿ ਐਡਾ ਵੱਡਾ ਫੈਸਲਾ ਪੰਜਾਬ ਦੇ ਇੰਨੇ ਲੋਕਾਂ ਦੇ ਚਾਰ ਸਾਢੇ ਚਾਰ ਕਰੋੜ ਲੋਕਾਂ ਦਾ ਅਸੀਂ ਜੀਵਨ ਜਨ ਜੀਵਨ ਵਿਅਸਤ ਜਿਹੜਾ ਠੱਪ ਕਰ ਦਿੱਤਾ, ਉਹਦੇ ਲਈ ਸਾਡੇ ਕੋਲ ਕੀ ਇੰਤਜ਼ਾਮ ਕੀ ਸੀ? ਸਰਕਾਰ ਨੂੰ ਚਾਹੀਦਾ ਸੀਗਾ ਕਿ ਜਿਹੜੇ ਲੋਕਾਂ ਦੇ ਲਈ ਜਿਹੜੇ ਲੋਕ ਰੋਜ਼ਗਾਰ ਰੋਜ਼ ਕਮਾ ਕੇ ਖਾਂਦੇ ਨੇ, ਦਿਹਾੜੀਦਾਰ ਲੋਕ ਨੇ ਜਿਹੜੇ ਸਵੇਰੇ ਕਮਾਉਂਦੇ ਆ ਸ਼ਾਮ ਨੂੰ ਜਿਨ੍ਹਾਂ ਨੇ ਰੋਟੀ ਖਾਣੀ ਹੁੰਦੀ ਆ, ਉਹਨਾਂ ਲੋਕਾਂ ਬਾਰੇ ਸਰਕਾਰ ਨੇ ਕੀ ਸੋਚਿਆ? ਸਰਕਾਰ ਨੇ ਬਿਲਕੁਲ ਕੁਛ ਨਹੀਂ ਸੋਚਿਆ। ਜਿਵੇਂ ਮੋਦੀ ਸਾਹਿਬ ਨੇ ਨੋਟਬੰਦੀ ਵੇਲੇ ਵੱਡਾ ਫੈਸਲਾ ਲੈ ਲਿਆ ਪਰ ਉਹਦੀ ਤਿਆਰੀ ਕੋਈ ਨਹੀਂ ਕੀਤੀ, ਮੈਨੂੰ ਲੱਗਦਾ ਕੈਪਟਨ ਸਾਹਿਬ ਨੇ ਕਾਹਲੀ ਦੇ ਵਿੱਚ ਭਾਵੇਂ ਪੰਜਾਬ ਦੇ ਭਲੇ ਲਈ ਕੀਤਾ ਪਰ ਇਹ ਕਾਹਲੀ ਦੇ ਵਿੱਚ ਲਿਆ ਫੈਸਲਾ, ਇਹਦੀ ਬਿਨਾਂ ਤਿਆਰੀ ਤੋਂ ਉਹਨਾਂ ਨੇ ਸਾਰਾ ਕੰਮ ਕੀਤਾ। ਮੈਨੂੰ ਤੁਹਾਡੇ ਸਾਹਮਣੇ ਵੀ ਹੁਣੇ ਟੈਲੀਫੋਨ ਆ ਕੇ ਹਟੇ ਨੇ, ਵਲੰਟੀਅਰਸ ਦੇ ਪੰਜਾਬ ਦੇ ਲੋਕਾਂ ਦੇ ਪਿੰਡਾਂ ਮੋਹਾਲੀ ਜ਼ਿਲ੍ਹੇ ਦੇ ਵਿੱਚ ਜ਼ਿਲ੍ਹੇ ਦੇ ਲੋਕਾਂ ਦੇ ਫੋਨ ਆ ਰਹੇ ਨੇ ਕਿ ਸਰ ਸਾਡੇ ਬਾਰੇ ਰੋਜ਼ਗਾਰ ਦਾ ਕੀ ਇੰਤਜ਼ਾਮ ਆ, ਸਾਨੂੰ ਕੋਈ ਦਵਾਈ ਸਹੂਲਤ ਕੋਈ ਸਾਡਾ ਇੰਤਜ਼ਾਮ ਕੀ ਕੀਤਾ ਸਰਕਾਰ ਨੇ? ਇਹਦੇ ਲਈ ਜਵਾਬ ਦੇ ਡੀਸੀ ਨੇ ਅਤੇ ਡੀਸੀ ਨੂੰ ਪਿਛਲੇ ਤਿੰਨ ਦਿਨਾਂ ਤੋਂ ਮੈਂ ਡੀਸੀ ਸਾਹਿਬ ਮੋਹਾਲੀ ਨੂੰ ਲਗਾਤਾਰ ਫੋਨ ਕਰ ਰਿਹਾ। ਮੇਰਾ ਖਿਆਲ ਹੈ 70 ਕਾਲਾਂ ਮੇਰੀਆਂ ਮਿਸ ਕਾਲਾਂ ਹੋਣਗੀਆਂ, ਦੇਖ ਲਓ, ਚੈੱਕ ਕਰ ਲਓ ਤੁਸੀਂ। 70 ਕਾਲਾਂ ਮੋਹਾਲੀ ਨੂੰ ਡੀਸੀ SSP ਹੁਸ਼ਿਆਰਪੁਰ, ਡੀਸੀ ਹੁਸ਼ਿਆਰਪੁਰ, ਡੀਸੀ ਜਲੰਧਰ, ਡੀਸੀ ਬਠਿੰਡਾ, ਡੀਸੀ ਸਾਰੇ ਡੀਸੀਆਂ ਨੂੰ ਮੈਂ ਤਕਰੀਬਨ ਫੋਨ ਮਿਲਾ ਕੇ ਦੇਖ ਲਿਆ। ਕੋਈ ਵੀ ਡੀਸੀ ਜਵਾਬ ਦੇਣੀ ਆ, ਕੋਈ ਡੀਸੀ ਫੋਨ ਨਹੀਂ ਚੁੱਕਦਾ, ਕੋਈ ਡੀਸੀ ਗੱਲ ਕਰਕੇ ਰਾਜੀ ਨਹੀਂ। ਇਕੱਲੇ ਡੀਸੀਆਂ ਦੀ ਨਹੀਂ ਗੱਲ, ਜਿੰਨੇ IAS ਅਫਸਰ, ਜਿੰਨੇ ਕਪਤਾਨ ਸਾਹਿਬ ਦੇ OSD ਨੇ, ਜਿੰਨੇ ਉਹਨਾਂ ਦੇ ਜਿਹੜੇ ਨੇ ਪ੍ਰਮੁੱਖ ਸਕੱਤਰ ਨੇ, ਮੈਂ ਸਾਰੇ ਦਫ਼ਤਰਾਂ ਦੇ ਵਿੱਚ ਫੋਨ ਲਾ ਰਿਹਾ ਪਰਸੋਂ ਦਾ। ਕੋਈ ਵੀ ਅਫਸਰ, ਕੋਈ ਵੀ ਅਧਿਕਾਰੀ, ਕੋਈ IAS, ਕੋਈ ਵੀ ਬੰਦਾ ਜਿਹੜੇ ਜਵਾਬ ਦੇ ਨੇ, ਜਿਹੜੇ ਸਰਕਾਰ ਚਲਾ ਰਹੇ ਨੇ, ਉਹ ਲੋਕ ਇਸ ਗੱਲ ਦਾ ਜਵਾਬ ਦੇਣ ਤੋਂ ਅਸਮਰੱਥ ਨੇ, ਜਵਾਬ ਨਹੀਂ ਦੇ ਰਹੇ। ਉਹਨਾਂ ਦੇ ਥੱਲੇ ਵਾਲੇ ਛੋਟੇ ਮੁਲਾਜ਼ਮ ਜਿਹੜੇ ਨੇ ਉਹ ਫੋਨ ਚੱਕਦੇ ਨੇ, ਉਹ ਕਹਿੰਦੇ ਸਰ ਸਾਡੇ ਵੱਸ ਦੀ ਗੱਲ ਨਹੀਂ ਹੈ, ਤੁਸੀਂ ਸਰਕਾਰ ਨਾਲ ਗੱਲ ਕਰੋ, ਸਰਕਾਰ ਜਵਾਬ ਦਊਗੀ। ਇੱਕ ਬੜਾ ਵੱਡਾ ਜਿਹੜਾ ਸਵਾਲੀਆ ਚਿੰਨ੍ਹ ਖੜ੍ਹਾ ਹੋ ਗਿਆ ਕਿ ਜਿਹੜੇ ਲੋਕ ਦਿਹਾੜੀਦਾਰ ਦਿਹਾੜੀਆਂ ਲਾ ਕੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਨਿਆਣਿਆਂ ਦੇ ਨਿੱਕੇ ਨਿੱਕੇ ਨਿਆਣਿਆਂ ਨੂੰ ਪੀਣ ਲਈ ਦੁੱਧ ਤੱਕ ਨਹੀਂ ਹੈ, ਜੇ ਦੁੱਧ ਸਰਕਾਰ ਕਹਿੰਦੀ ਕਿ ਦੁੱਧ ਭੇਜਤਾ, ਰਾਸ਼ਨ ਭੇਜਤਾ, ਜੇ ਰਾਸ਼ਨ ਦੀਆਂ ਦੁਕਾਨਾਂ ਖੁੱਲੀਆਂ ਵੀ ਨੇ ਤਾਂ ਉਹ ਕਹਿੰਦੇ ਜੀ ਪੈਸੇ ਹੈ ਨਹੀਂ। ਸੋ ਇਹ ਪੈਸੇ ਕਿੱਥੋਂ ਆਉਣਗੇ ਉਹਨਾਂ ਲੋਕਾਂ ਦੇ ਕੋਲ ਜਿਹੜੇ ਸਰਕਾਰ ਨੇ ਫੰਡ ਮੁਹੱਈਆ ਕਰਾਏ ਨੇ, ਕਰੋੜ ਕਰੋੜ ਰੁਪਈਆ DC ਸਾਹਿਬਾਂ ਨੂੰ ਦਿੱਤਾ, ਉਹ ਪੈਸਾ ਕਿੱਥੋਂ ਕਦੋਂ ਵੰਡਿਆ ਜਾਊਗਾ? ਲੋਕਾਂ ਦੇ ਮਰਨ ਤੋਂ ਬਾਅਦ, ਜਦੋਂ ਲੋਕ ਮਰ ਗਏ? ਮੈਨੂੰ ਲੱਗਦਾ ਕੋਰੋਨਾ ਵਾਇਰਸ ਨਾਲ ਭਾਵੇਂ ਘੱਟ ਮਰਨ, ਪਰ ਜੋ ਸਰਕਾਰ ਨੇ ਇਹ ਪੈਨਿਕ ਕ੍ਰੀਏਟ ਕਰਕੇ ਜਿਹੜਾ ਸਰਕਾਰ ਨੇ ਬੰਦੀ ਕੀਤੀ ਹੈ ਨੋਟਬੰਦੀ, ਉਹਦੇ ਤੋਂ ਭੁੱਖਮਰੀ ਦੇ ਨਾਲ ਮੈਨੂੰ ਲੱਗਦਾ ਕਿਤੇ ਜ਼ਿਆਦਾ ਮੌਤਾਂ ਨਾ ਹੋ ਜਾਣ। ਦੂਸਰੀ ਗੱਲ ਕਿ ਪੰਜਾਬ ਪੁਲਿਸ ਦਾ ਰਵੱਈਆ, ਪੰਜਾਬ ਪੁਲਿਸ ਦੇ ਦਾ ਰਵੱਈਆ ਜਿਹੜਾ ਉਹ ਬਿਲਕੁਲ ਤਾਨਾਸ਼ਾਹੀ ਹੋ ਗਿਆ। ਠੀਕ ਹੈ, ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਰੋਕਿਆ ਜਾਵੇ, ਸੜਕਾਂ ਦੇ ਉੱਤੇ ਨਾ ਆਉਣ ਦਿੱਤਾ ਜਾਵੇ, ਪਰ ਉਹਦੇ ਲਈ ਹੋਰ ਵੀ ਤਰੀਕੇ ਨੇ। ਕੋਈ ਬੁੱਚੜਖਾਨੇ ਖੋਲ੍ਹਣ ਲਈ ਨਹੀਂ ਕਿਹਾ ਇਹਨਾਂ ਨੂੰ ਸਰਕਾਰ ਨੇ ਕਿਸੇ ਨੇ ਵੀ, ਨਾ ਇਹਨਾਂ ਦੇ ਕੋਲ ਕੋਈ ਅਧਿਕਾਰ ਆ। ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿੰਦਾ ਕਿ ਜਿਹੜੇ ਪੁਲਿਸ ਵਾਲੇ ਮੁਲਾਜ਼ਮ ਅੱਜ ਲੋਕਾਂ ਨੂੰ ਡਾਂਗਾਂ ਸੋਟੇ ਮਾਰ ਰਹੇ ਨੇ, ਉਹ ਲੋਕ ਕੱਲ੍ਹ ਨੂੰ ਖੁੱਲ੍ਹ ਜਾਣਾ ਇਹ ਸਮਾਨ, ਅਦਾਲਤਾਂ ਖੁੱਲ੍ਹ ਜਾਣੀਆਂ ਨੇ, ਉਦੋਂ ਤਰੀਕਾਂ ਭੁਗਤਦੇ ਉਹ ਪੁਲਿਸ ਵਾਲੇ ਸਾਰੀ ਉਮਰ ਤਰੀਕਾਂ ਕੋਰਟਾਂ ਦੇ ਵਿੱਚ ਭੁਗਤਣਗੇ, ਕਿਉਂਕਿ ਅਸੀਂ ਬਖਸ਼ਾਂਗੇ ਨਹੀਂ, ਅਸੀਂ ਲੋਕਾਂ ਦੇ ਲਈ ਜਵਾਬ ਦੇ ਹਾਂ। ਲੋਕਾਂ ਦੀ ਬਿਹਤਰੀ ਦੇ ਲਈ ਸਰਕਾਰ ਨੇ ਜ਼ਿੰਮੇਵਾਰੀ ਦਿੱਤੀ ਆ, ਤੁਹਾਨੂੰ ਤਨਖਾਹਾਂ ਦਿੰਦੀ ਹੈ ਸਰਕਾਰ। ਮੈਂ ਪਰਸੋਂ ਠਾਣੇ ਇੱਥੇ ਜਾ ਰਿਹਾ ਸੀ ਦਵਾਈ ਦਾ ਪਤਾ ਕਰਨ, ਅਤੇ ਮੈਨੂੰ ਥਾਣੇ ਵਾਲੇ ਇੱਥੇ ਇੱਕ ਥਾਣੇਦਾਰ ਨੇ ਰੋਕਿਆ, ਛੋਟੇ ASI ਨੇ, ਉਹ ਮੇਰੇ ਨਾਲ ਬਦਤਮੀਜ਼ੀ ਨਾਲ ਕਹਿ ਰਿਹਾ ਸੀ ਤੇਰੇ ਡਾਂਗ ਮਾਰੂੰ, ਤੇਰੇ ਸੋਟਾ ਮਾਰੂੰ, ਸਿਰ ਪਾੜ ਦੂੰ ਤੇਰਾ। ਮੈਂ ਕਿਹਾ ਭਾਈ ਸੱਜਣਾ ਤੈਨੂੰ, ਕਹਿੰਦਾ ਜੀ ਮੈਂ ਅਸੀਂ 3 ਵਜੇ ਦੇ ਖੜ੍ਹੇ ਹਾਂ। ਉਹ ਸਰਕਾਰ ਜ਼ਿੰਮੇਵਾਰੀ ਆ ਤੁਹਾਡੀ,
ਤੁਸੀਂ 3 ਵਜੇ ਦੇ ਖੜ੍ਹੇ ਹੋ, ਮੁਫ਼ਤ 'ਚ ਨਹੀਂ ਖੜ੍ਹੇ, ਤੁਹਾਨੂੰ ਸਰਕਾਰ ਤਨਖਾਹਾਂ ਦਿੰਦੀ ਹੈ ਉਹਦੇ ਕਰਕੇ ਖੜ੍ਹੇ ਹੋ। ਜੇ ਨਹੀਂ ਕੰਮ ਡਿਊਟੀ ਕਰ ਸਕਦੇ ਰਿਜ਼ਾਈਨ ਕਰਕੇ ਘਰ ਜਾਓ, ਤੁਹਾਡੀ ਜਗ੍ਹਾ 'ਤੇ ਨਵੇਂ ਨੌਜਵਾਨ ਭਰਤੀ ਹੋਣ ਲਈ ਤਿਆਰ ਬਰਤਿਆਰ ਬੈਠੇ ਨੇ, ਉਹਨਾਂ ਨੂੰ ਮੌਕਾ ਦਿਓ। ਜਿਹੜਾ ਵੀ ਕੋਈ ਡਾਕਟਰ, ਕੋਈ ਮੈਡੀਕਲ ਅਫਸਰ, ਕੋਈ SMO, ਕੋਈ ਵੀ ਜਿਹੜੀ ਸਰਕਾਰੀ ਸੇਵਾਵਾਂ ਦੇ ਵਿੱਚ ਬੈਠੇ ਨੇ, ਜਿਹੜੇ ਬੰਦੇ ਨੂੰ ਇੱਦਾਂ ਲੱਗਦਾ ਕਿ ਉਹ ਇਸ ਮੌਕੇ ਦੇ ਵਿੱਚ ਤੰਗ ਨੇ, ਤਾਂ ਅਸਤੀਫੇ ਦੇ ਕੇ ਘਰ ਬੈਠੋ, ਤੁਹਾਨੂੰ ਕਿਸੇ ਨੇ ਮਜਬੂਰ ਨਹੀਂ ਕੀਤਾ। ਅਤੇ ਦੂਸਰੀ ਗੱਲ, ਅਸੀਂ ਸਰਕਾਰ ਦੇ ਨਾਲ ਸਰਕਾਰ ਦੇ ਸਾਰੇ ਫੈਸਲਿਆਂ ਦਾ ਸਵਾਗਤ ਕੀਤਾ ਸੀ। ਮੈਂ ਮੇਰਾ ਖਿਆਲ ਸਾਰਿਆਂ ਤੋਂ ਪਹਿਲਾਂ ਕੈਪਟਨ ਸਾਹਿਬ ਨੂੰ ਵਧਾਈ ਦਿੱਤੀ ਸੀਗੀ ਕਿ ਇਸ ਕਰਫਿਊ ਲਗਾਉਣ ਦੀ, ਕਿਉਂਕਿ ਬੜਾ ਵਧੀਆ ਪ੍ਰੋਗਰਾਮ ਸੀ। ਪਰ ਇਹਦੇ ਨਾਲ ਨਾਲ ਮੈਨੇਜਮੈਂਟ ਵੀ ਚਾਹੀਦੀ ਹੈ। ਤੁਹਾਡੇ ਮੈਨੇਜਰ ਕਪਤਾਨ ਸਾਹਿਬ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਹਾਡੀ ਮੈਨੇਜਮੈਂਟ, ਤੁਹਾਡੀ ਸਰਕਾਰ ਦੇ ਜਿਹੜੇ DC ਲਾਏ ਨੇ, ਜਿਨ੍ਹਾਂ ਨੇ ਕੰਮ ਲੈਣਾ, ਜਿਹੜੇ ਲੋਕ ਸੇਵਕ ਨੇ, ਉਹ ਲੋਕ ਸੇਵਾ ਨਾ ਕਰਦੇ ਹੋਏ ਡੰਡਾ ਸੇਵਾ ਕਰ ਰਹੇ ਨੇ। ਠੀਕ ਹੈ ਜੀ, ਇਹਨਾਂ ਗੱਲਾਂ ਦੇ ਲਈ ਹੋਰ ਕੋਈ ਚਾਰਾ ਨਹੀਂ ਸੀ। ਸਾਰੇ DC ਨੂੰ, ਸਾਰੇ SSP ਨੂੰ, ਸਾਰੇ IG ਨੂੰ, ਸਾਰੇ DGP ਸਾਹਿਬ ਨੂੰ ਤੱਕ ਨੂੰ ਮੈਂ ਫੋਨ ਕੀਤੇ ਨੇ, ਕਿਸੇ ਨੇ ਕੋਈ ਬੰਦਾ ਆਨਸਰ ਨਹੀਂ ਕਰ ਰਿਹਾ। ਸਰਕਾਰੀ ਅਧਿਕਾਰੀਆਂ ਦੀ ਕਾਰਗੁਜ਼ਾਰੀ ਪ੍ਰਤੀ ਗੁੱਸਾ ਜ਼ਾਹਿਰ ਕਰਦਿਆਂ ਉਹਨਾਂ ਕਿਹਾ ਕਿ ਜੇਕਰ ਇਸ ਪਾਸੇ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ 'ਤੇ ਭਾਵੇਂ ਕਾਬੂ ਹੋ ਜਾਵੇ, ਪਰੰਤੂ ਭੁੱਖਮਰੀ ਨਾਲ ਕਾਫ਼ੀ ਜ਼ਿਆਦਾ ਮੌਤਾਂ ਹੋਣਗੀਆਂ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਖਰੜ ਤੋਂ ਸ਼ਮਿੰਦਰ ਸਿੰਘ ਦੀ ਰਿਪੋਰਟ।